ਖਬਰਾਂ ਦਾ ਰੁਖ ਕਰ ਲੈਂਦੇ ਹਾਂ ਹੁਣ ਪੰਜਾਬ ਵੱਲ। ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਵੱਲੋਂ ਆਪਣੀ ਮਾਤਾ ਜਸਵੰਤ ਕੌਰ ਧਾਰੀਵਾਲ ਦੀ 9ਵੀਂ ਬਰਸੀ ਪਿੰਡ ਰੱਖੜਾ ਵਿਖੇ ਮਨਾਈ ਗਈ। ਬਰਸੀ ਮੌਕੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਕਈ ਆਗੂਆਂ ਵੱਲੋਂ ਮਾਤਾ ਜਸਵੰਤ ਕੌਰ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਸਾਬਕਾ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਨੇ ਪ੍ਰੈਸ ਕਾਨਫਰੰਸ ਕਰਦੇ ਹੋਏ ਕਿਹਾ ਕਿ ਪੰਜਾਬ ਦੀ ਅਮਨ ਕਾਨੂੰਨ ਸਥਿਤੀ ਤੇ ਬੋਲਦੇ ਉਹਨਾਂ ਕਿਹਾ ਕਿ ਪੰਜਾਬ ਵਿੱਚ ਹਾਲਾਤ ਬਹੁਤ ਜ਼ਿਆਦਾ ਖਰਾਬ ਹੁੰਦੇ ਜਾ ਰਹੇ ਨੇ। ਉਹਨਾਂ ਵੀ ਕਿਹਾ ਕਿ ਜੋ ਵਿਕਾਸ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੇ ਕੀਤਾ ਇਹਨਾਂ ਨੇ 30 ਸਾਲ ਵਿੱਚ ਵੀ ਨਹੀਂ ਕੀਤਾ। ਜੋ ਸਾਡੀ ਸਰਕਾਰ ਨੇ ਵਿਕਾਸ ਕਾਰਜਾਂ ਲਈ ਪੈਸਾ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਨੂੰ ਦਿੱਤਾ ਸੀ ਉਹ ਸਾਰਾ ਕੈਪਟਨ ਸਰਕਾਰ ਨੇ ਵਾਪਸ ਲੈ ਲਿਆ। ਬਾਦਲ ਨੇ ਕਿਹਾ ਕਿ ਪੰਜਾਬ ਵਿੱਚ ਬੇਰੋਜ਼ਗਾਰੀ ਅਤੇ ਹਾਲਾਤ ਵਿਗੜ ਚੁੱਕੇ ਨੇ। ਜਿੰਨਾ ਕੁਝ ਪਿਛਲੀ ਸਰਕਾਰ ਦੇ ਸਮੇਂ ਪੰਜਾਬ ਦੀ ਡਿਵੈਲਪਮੈਂਟ ਤੇ ਖਰਚ ਕੀਤਾ ਗਿਆ ਇਹ 30 ਸਾਲਾਂ ਵਿੱਚ ਨਹੀਂ ਕਰ ਸਕੀ। ਇਸ ਕਰਕੇ ਇਹ ਤਾਂ ਸਰਕਾਰ ਦੇ ਯਤਨ ਹੁੰਦਾ ਹੈ ਕੋਈ ਆਪਣੀ ਪਲੈਨਿੰਗ ਇਸ ਤਰ੍ਹਾਂ ਦੀ ਕਰੇ ਕਿ ਵੱਧ ਤੋਂ ਵੱਧ ਪੈਸਾ ਲੋਕਾਂ ਤੱਕ। ਇਹ ਮੈਨੂੰ ਅਫਸੋਸ ਹੈ, ਮੈਂ ਕੋਈ 70 ਸਾਲ ਦੀ ਸਰਕਾਰਾਂ ਕਈ ਆਈਆਂ ਕਈ ਗਈਆਂ, ਕਿਸੇ ਇਹ ਨਹੀਂ ਆਖਿਆ ਕਿ ਜਿਹੜੇ ਪੈਸੇ ਅੱਗੇ ਦੇ ਚੁੱਕੇ ਹੈ, ਪ੍ਰੋਜੈਕਟ ਮਨਜ਼ੂਰ ਹੋ ਗਏ ਹੈ, ਉਹਨਾਂ ਦੇ ਟੈਂਡਰ ਹੋ ਚੁੱਕੇ ਹੈ, ਅੱਧੇ ਅੱਧੇ ਕੰਮ ਹੋ ਚੁੱਕੇ ਹੈ, ਉਹ ਸਾਰੇ ਵਾਪਸ ਕਰ। ਇਹਨਾਂ ਨੇ ਪੰਚਾਇਤਾਂ ਤੋਂ ਜਾਂ ਹੋਰ ਮਹਿਕਮਿਆਂ ਕੋਲ ਜਿਹੜੇ ਪੈਸੇ ਸਨ ਜਿੱਥੇ ਕੰਮ ਸੀ ਉੱਥੇ ਖੜਾ ਕਰਤਾ। ਅੱਜ ਦੇ ਦੇਖ ਲਓ ਅੱਗੇ ਨਾਲੋਂ ਜ਼ਿਆਦਾ ਬੇਰੁਜ਼ਗਾਰੀ ਹੈ, ਅੱਗੇ ਨਾਲੋਂ ਜ਼ਿਆਦਾ ਖੁਦਕਸ਼ੀਆਂ ਹੋ ਰਹੀਆਂ। ਇਹ ਤਾਂ ਨਸ਼ਾ ਅਸੀਂ ਆਖਦੇ ਸੀ ਸੱਤ ਦਿਨਾਂ ਦੇ ਅੰਦਰ ਦਾ ਬੰਦ, ਨਸ਼ਾ ਬੰਦ ਹੋ ਜੂ, ਫਲਾਨਾ ਬੰਦ ਹੋ ਜੂ, ਕਿੱਥੇ ਹੁਣ ਦੱਸੋ ਕਿਹੜਾ ਇਹਨਾਂ ਨੇ ਵਾਅਦਾ ਪੂਰਾ, ਕੋਈ ਇੱਕ ਵਾਅਦਾ ਪੂਰਾ ਕੀਤਾ?